ਸੀਸੀਟੀਵੀ ਕੈਮਰੇ 'ਚ ਫੁਟੇਜ ਆਈ ਹੈ ਜੀ, ਪ੍ਰੋਪਰ ਪਰ ਸ਼ੋਅ ਨਹੀਂ ਹੋ ਰਹੀ ਕਿ ਟਰੱਕ ਨੰਬਰ ਕੀ ਹੈ ਜਾਂ ਗੱਡੀ ਨੰਬਰ ਕੀ ਹੈ ਜੀ। ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਨੇ। ਹੁਣ ਚੋਰ ਪੁਲਿਸ ਪ੍ਰਸ਼ਾਸਨ ਤੋਂ 2 ਕਦਮ ਅੱਗੇ ਹੋ ਕੇ ਚੱਲਦੇ ਨੇ। ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਤਸਵੀਰਾਂ ਖੁਦ ਬਿਆਨ ਕਰਦੀਆਂ ਨੇ। ਮਾਮਲਾ ਹਲਕਾ ਖੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਖੰਨਾ ਅਤੇ ਚਾਵਾ ਦੇ ਨੇੜਲੇ ਪਿੰਡ ਦਾਊਦਪੁਰ ਅਤੇ ਕਲਾਲ ਮਾਜਰਾ 'ਚ ਚੋਰਾਂ ਨੇ ਬੀਤੀ ਰਾਤ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੀਤੀ ਰਾਤ ਕਰੀਬ 1.5 ਕਿਲੋਮੀਟਰ ਦੇ ਇਲਾਕੇ ਵਿੱਚੋਂ 5 ਟਰਾਂਸਫਾਰਮ ਚੋਰੀ ਕਰ ਲਏ ਨੇ, ਜਿਨ੍ਹਾਂ ਨੂੰ ਇੱਕ ਮਹਿੰਦਰਾ ਜੀਪ ਦੇ ਵਿੱਚ ਲੱਦ ਕੇ ਚੋਰ ਫਰਾਰ ਹੁੰਦੇ ਹੋਏ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ, ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ, ਜਿਸ ਦੇ ਕਾਰਨ ਕਰੀਬ 40 ਕਿਸਾਨਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ, ਜਿਸ ਦੇ ਚੱਲਦਿਆਂ ਕਿਸਾਨਾਂ ਨੇ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮੁਸ਼ਕਿਲ ਹੱਲ ਕੀਤੀ ਜਾਵੇ। ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ। ਇੰਦਰਜੀਤ, ਕੀ ਘਟਨਾ ਹੋਈ ਹੈ ਤੁਹਾਡੇ ਇੱਥੇ ਮੋਟਰ ਤੇ ਜੀ? ਇਹ ਸਰ ਕੱਲ ਰਾਤੀ ਗੱਲ ਹੈ ਜੀ, ਤਕਰੀਬਨ 10 ਤੋਂ 11 ਦੇ ਵਿੱਚ ਇੱਥੋਂ ਸਾਡਾ ਟਰਾਂਸਫਾਰਮ ਚੋਰੀ ਹੋਇਆ ਗਿਆ ਜੀ। ਅੱਛਾ, ਹਾਂਜੀ। ਕਿੰਨੇ ਕਿਲੋ ਵਾਟ ਦਾ ਟਰਾਂਸਫਾਰਮ ਸੀਗਾ ਉਹ? 63 ਕੇਵੀ ਜੀ। ਤੇ ਕਿੰਨੀਆਂ ਮੋਟਰਾਂ ਦੇ ਉੱਤੇ ਕੰਮ ਕਰ ਰਹੇ ਹੋ? ਇਹ 4 ਮੋਟਰਾਂ ਤੇ ਜੀ। ਤੇ ਤੁਹਾਨੂੰ ਕਿੰਨੇ ਵਜੇ ਪਤਾ ਚੱਲਿਆ ਹੈਗਾ? ਸਾਨੂੰ ਸਵੇਰੇ 4:30-5 ਵਜੇ ਜੀ, ਜੇ ਅਸੀਂ ਮੋਟਰਾਂ ਚਲਾਉਣਾ ਹੈ ਜੀ ਇੱਥੇ। ਕੁਝ ਸਾਹਮਣੇ ਆਇਆ ਵੀ ਪਤਾ ਲੱਗਿਆ, ਕੁਝ ਆਲੇ ਦੁਆਲੇ ਕੁਝ ਪਤਾ ਲੱਗਿਆ ਹੋਵੇ ਕਿਸੇ ਤਰ੍ਹਾਂ ਦੀ? ਸੀਸੀਟੀਵੀ ਕੈਮਰੇ 'ਚ ਫੁਟੇਜ ਆਈ ਹੈ ਜੀ, ਪ੍ਰੋਪਰ ਪਰ ਸ਼ੋਅ ਨਹੀਂ ਹੋ ਰਹੀ ਕਿ ਟਰੱਕ ਨੰਬਰ ਕੀ ਹੈ ਜਾਂ ਗੱਡੀ ਨੰਬਰ ਕੀ ਹੈ ਜੀ। ਸ਼ੋਰ ਹੈ ਕਿ ਵੀ ਉਹੀ ਨੇ? ਸ਼ੋਰ ਹੈ ਜੀ, ਬਲੈਰੋ ਗੱਡੀ ਹੈ ਜੀ। ਤੇ ਤੁਸੀਂ ਇਸ ਸੰਬੰਧੀ ਕੋਈ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਜਾਂ ਸੰਬੰਧਿਤ ਮਹਿਕਮੇ ਨੂੰ? ਬਿਜਲੀ ਬੋਰਡ ਦਫ਼ਤਰ 'ਚ ਅਸੀਂ ਐਪਲੀਕੇਸ਼ਨ ਦੇ ਕੇ ਆਏ ਜੀ, ਹਾਲੇ ਸੁਣਵਾਈ ਥਾਣੇ ਤੱਕ ਨਹੀਂ ਹੋਈ, ਉਹ ਐਪਲੀਕੇਸ਼ਨ ਜੇਈ ਸਾਹਿਬ ਦੇ ਕੇ ਆਉਣਗੇ ਜੀ। ਉੱਪਰ ਪਹਿਲਾਂ ਕਦੇ ਹੋਇਆ ਇੱਦਾਂ? ਕਿੰਨੇ ਟਾਈਮ ਤੋਂ ਹੋਇਆ ਕਿ ਪਹਿਲੀ ਵਾਰ ਹੋਇਆ ਟ੍ਰਾਂਸਫਰ? ਇਹ ਦੂਸਰੀ ਵਾਰ ਹੋਇਆ ਜੀ। ਇਹ ਦੂਸਰੀ ਵਾਰ ਹੋਇਆ? ਹਾਂਜੀ। ਕਿੰਨੇ ਕੁ ਚੋਰੀ ਹੋਏ ਨੇ ਇਸ ਏਰੀਆ 'ਚ ਟ੍ਰਾਂਸਫਾਰਮ? 5 ਟ੍ਰਾਂਸਫਾਰਮ ਜੀ, ਇੱਕ ਰਾਤ ਦੇ ਵਿੱਚ। ਅੱਛਾ, ਹਾਂਜੀ। ਤੇ ਤੁਸੀਂ ਕੰਪਲੇਂਟ ਜਿਹੜੀ ਕੀਤੀ, ਕੁਛ ਕਿਹਾ ਉਹਨਾਂ ਨੇ ਹੁਣ ਇਸ ਸੰਬੰਧੀ? ਦੇਖੋ, ਹਾਲ ਫਿਲਹਾਲ ਤਾਂ ਕੋਈ ਕਾਰਵਾਈ ਨਹੀਂ ਹੋਈ, ਪਰ ਭਰੋਸਾ ਦੇ ਰਹੇ ਹਾਂ ਕਿ ਤੁਹਾਡਾ 1 ਜਾਂ 2 ਦਿਨ ਬਾਅਦ ਟ੍ਰਾਂਸਫਾਰਮ ਨਵਾਂ ਰੱਖਿਆ ਜਾਏਗਾ ਜੀ, ਬਾਕੀ ਹੁਣ ਮੌਕੇ 'ਤੇ ਜੇਈ ਸਾਹਿਬ ਆਉਣਗੇ, ਦੱਸਣਗੇ ਜੀ। ਕਿਹੜਾ ਏਰੀਆ ਕਿਹੜਾ ਪੈਂਦਾ ਹੈ? ਏਰੀਆ ਖੰਨਾ ਪੈ ਜਾਂਦਾ ਜੀ। ਪਿੰਡ ਕਲਾਲ ਮਾਜਰਾ ਜੀ। ਮੇਰਾ ਨਾਮ ਜਗਪਾਲ ਸਿੰਘ ਆ, ਰਿਟਾਇਰਡ ਆ ਰਹੇ ਬਿਜਲੀ ਬੋਰਡ ਦਾ। ਇਹ ਸਵੇਰੇ ਜਦ ਅਸੀਂ ਖੂਹਾਂ 'ਤੇ ਆਏ ਹਾਂ, ਜਦ ਪਤਾ ਲੱਗਿਆ ਵੀ ਸਾਡੇ 4-5 ਟ੍ਰਾਂਸਫਾਰਮਰ ਨਾਲ ਜਿਹੜੇ ਆ ਇਲਾਕੇ 'ਚੋਂ ਲੈ ਗਏ ਕਲਾਲ ਮਾਜਰੇ ਅਤੇ ਆ ਦੌਦਪੁਰ ਤੋਂ। ਕਿੰਨੇ ਕਿਲੋ ਵਾਟ ਦਾ ਟ੍ਰਾਂਸਫਾਰਮ ਸੀ? ਇਹ 63 ਦੇ 2 ਹੀ ਟ੍ਰਾਂਸਫਾਰਮ ਨੇ। ਅਤੇ ਹੁਣ ਜਿਵੇਂ ਟ੍ਰਾਂਸਫਾਰਮ ਹੈ ਨਹੀਂ ਤਾਂ ਕਿੰਨੀਆਂ ਕੀ ਦਿੱਕਤਾਂ ਆ ਰਹੀਆਂ? ਦਿੱਕਤਾਂ, ਅਸੀਂ ਪਾਣੀ ਲਾਉਣਾ ਜੀਰੀਆਂ ਨੂੰ, ਮੀਂਹ ਤਾਂ ਅੱਜ ਪੈ ਰਿਹਾ, ਕੱਲ੍ਹ ਖਬਰਾਂ ਧੁੱਪ ਚੜਿਆ ਵੀ, ਅਸੀਂ ਪਾਣੀ ਕਿੱਥੋਂ ਲਾਵਾਂਗੇ? 4,000 ਦਾ ਖਰਚਾ ਇੱਕ ਦਿਨ ਦਾ ਟਰੈਕਟਰ ਦਾ। ਮਹਿਕਮੇ ਵਾਲਿਆਂ ਨਾਲ ਗੱਲ ਹੋਈ? ਹੁਣ ਜਾ ਕੇ ਆਇਆ ਮੈਂ, ਹਾਲੇ ਹੁਣੇ ਲਿਖ ਕੇ ਦੇ ਕੇ ਆਇਆ ਉੱਥੇ। ਕੀ ਕਹਿੰਦੇ ਨੇ ਉਹਨਾਂ? ਉਹ ਕਹਿੰਦੇ ਨੇ ਵੀ ਦੇਖਾਂਗੇ ਅਸੀਂ, ਹਾਲੇ ਵੀ ਦੇਖਣ ਨੂੰ। ਹਾਂ ਹਾਂ। ਤੇ ਪਹਿਲਾਂ ਕਦੇ ਹੋਇਆ? ਨਹੀਂ, ਸਾਡੇ ਏਰੀਏ 'ਚ ਕੁਛ ਨਹੀਂ ਹੋਇਆ ਜਾ। ਹੁਣ ਇਹਦੇ ਨਾਲ ਕਿੰਨੀਆਂ ਮੋਟਰਾਂ ਪ੍ਰਭਾਵਿਤ? ਇਹਦੇ ਨਾਲ ਘੱਟੋ ਘੱਟ 30-40 ਮੋਟਰਾਂ ਪ੍ਰਭਾਵ ਹੋਣਗੀਆਂ, 5 ਟ੍ਰਾਂਸਫਾਰਮਰ ਨੂੰ। ਇਹ ਦੌਦਪੁਰ ਦੇ ਏਰੀਏ 'ਚ ਖੜੇ ਹਾਂ ਆਪਾਂ। ਇਹ ਖੂਹ ਹੈਗਾ ਅਜੀਤ ਸਿੰਘ ਦਾ। ਤੇ ਕਿਹੜਾ ਪਿੰਡ ਹੈ ਇਹ? ਦੌਦਪੁਰ। ਦੌਦਪੁਰ, ਹਾਂ। ਕਿੰਨਾ ਕੁ ਨੁਕਸਾਨ ਦਾ ਅੰਦਾਜ਼ਾ ਹੈ ਕਿ ਕਿੰਨਾ? ਇਹ ਘੱਟੋ ਘੱਟ 1,00,000 ਰੁਪਏ ਦਾ 1 ਟ੍ਰਾਂਸਫਾਰਮਰ ਆ ਇਹ। ਤੇ ਕਿੰਨੇ ਟ੍ਰਾਂਸਫਾਰਮ ਹੋਏ? ਇਹ 5 ਲੱਖ ਦਾ ਨੁਕਸਾਨ ਆ ਬਿਜਲੀ ਬੋਰਡ ਦਾ। ਪਹਿਲਾਂ ਤਾਂ ਸਾਡਾ ਮੀਹਾਂ ਕਰਕੇ ਬਹੁਤ ਨੁਕਸਾਨ ਹੋਇਆ, ਪਾਣੀ ਬਹੁਤ ਜ਼ਿਆਦਾ ਫਸਲਾਂ 'ਚ ਫਿਰਦਾ ਸੀਗਾ। ਹੁਣ ਸਾਡੇ ਆਹ ਉਲਟੀ ਮਾਰ ਸਾਨੂੰ ਆ ਪੈ ਗਈ ਵੀ ਸਾਡੇ ਟ੍ਰਾਂਸਫਾਰਮਰ ਚੋਰੀ ਹੋ ਗਏ। ਹੁਣ ਅਸੀਂ ਜੀਰੀ ਤੋਂ ਪਾਣੀ ਕਿੱਥੋਂ ਲਾਵਾਂਗੇ ਜੇ ਕੱਲ੍ਹ ਧੁੱਪ ਨਿਕਲੇ? ਹੈਂ, ਅਸੀਂ ਕਿੱਥੋਂ 3,000 ਰੁਪਏ ਦਿਹਾੜੀ ਦਾ, 4,000 ਦਾ ਤੇਲ ਫੂਕਾਂਗੇ ਅਸੀਂ? ਉੱਧਰ ਜਦੋਂ ਇਸ ਪੂਰੇ ਮਾਮਲੇ ਬਾਬਤ ਬਿਜਲੀ ਬੋਰਡ ਦੇ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜੋ ਕਿਹਾ ਉਹ ਵੀ ਸੁਣ ਲਓ। ਐਕਚੁਲੀ ਪਿੰਡ ਦੇ ਵਿੱਚ ਜਿਹੜੇ ਕੋਈ ਸਾਡੇ ਮੋਟਰਾਂ ਵਾਲੇ ਟ੍ਰਾਂਸਫਾਰਮਰ ਨੇ, ਉਹਨਾਂ ਦੀ ਕੁਛ ਚੋਰੀ ਹੋਈ ਹੈ। ਇਸ ਤਰ੍ਹਾਂ 4-5 ਟ੍ਰਾਂਸਫਾਰਮਰ ਦੀ ਖਬਰ ਆ ਰਹੀ ਹੈ ਕਿ ਚੋਰੀ ਹੋਏ ਨੇ ਉੱਥੋਂ। ਬਾਕੀ ਡਿਟੇਲ ਸਾਰੀ ਆਪਣੇ SDO ਚਾਵਾ ਨੇ ਉਹਨਾਂ ਦੇ ਕੋਲ ਹੈਗੀ ਹੈ। ਅਤੇ ਉਹ ਕੋਈ ਰਾਤ ਦੇ ਸਮੇਂ ਜਿਹੜੇ ਜਿਸ ਤਰ੍ਹਾਂ ਕੋਈ ਉਜਾੜ ਇਲਾਕੇ ਦੇ ਵਿੱਚ ਜਿੱਥੇ ਹੁਣ ਕਿਉਂਕਿ ਮੋਟਰਾਂ ਦੀ ਸਪਲਾਈ ਵੀ ਜ਼ਿਆਦਾ ਆ ਰਹੀ ਹੈ ਅਤੇ ਕੋਈ ਖਪਤਕਾਰ ਨਹੀਂ ਜਾਂਦੇ, ਤਾਂ ਉਸ ਜਗ੍ਹਾ ਤੋਂ ਕਈ ਵਾਰੀ ਟ੍ਰਾਂਸਫਾਰਮਰ ਜਿਹੜੇ ਕੋਈ ਉਹਦੇ ਵਿੱਚੋਂ ਐਲਮੀਨੀਅਮ ਚੋਰੀ ਜਾਂ ਕਰਨ ਵਾਲੇ ਉਹ ਉਤਾਰ ਕੇ ਲੈ ਜਾਂਦੇ ਨੇ, ਅਤੇ ਉਹਨਾਂ ਦੀ ਖਬਰ ਆ ਰਹੀ ਹੈ ਕਿ 4-5 ਟ੍ਰਾਂਸਫਾਰਮਰ ਚੋਰੀ ਹੋਏ ਨੇ ਜੀ। ਹਾਂਜੀ, ਇਹਦੀ ਜੋ ਸ਼ਿਕਾਇਤ ਹੈ ਫੋਰਮਲ ਤਰੀਕੇ ਨਾਲ SDO ਸਾਹਿਬ ਨੇ ਅੱਗੇ ਉਹ ਉਹਨਾਂ ਨੂੰ ਪੁਲਿਸ ਜੋ ਥਾਣੇ ਨੂੰ ਉਹਨਾਂ ਨੂੰ ਦੇ ਦਿੰਦੇ ਹਨ, ਅਤੇ ਉਸ ਤੋਂ ਬਾਅਦ ਉਹਨਾਂ ਦੀ FIR ਜਾਂ DDR ਦਰਜ ਕਰ ਲੈਣਗੇ, ਅਤੇ ਉਹ ਇਨਕੁਆਇਰੀ ਹੈ ਜਿਹੜੀ ਉਹ ਸਾਰੀ ਪੁਲਿਸ ਨੇ ਕਰਨੀ ਹੈ ਇਹਨਾਂ ਦੀ ਅੱਗੇ। ਇਹ ਡਿਪੈਂਡ ਕਪੈਸਿਟੀ 'ਤੇ, ਟ੍ਰਾਂਸਫਾਰਮ ਦੀ ਕਪੈਸਿਟੀ ਦੇ ਉੱਪਰ ਡਿਪੈਂਡ ਹੈ, ਪਰ ਫਿਰ ਵੀ ਇਹ
तकरीबन जो पांच ट्रांसफार्मर जो एवरेज कॉस्ट जी लगाइए तो 2-2.5 लाख रुपए का नुकसान हो गया। सप्लाई जिस तरह ही FIR उन्हों की दर्ज हो जाती है उस उपरंत असं ट्रांसफार्मर कढ़वा के उन्होंने जल्दी तो जल्दी सप्लाई असं चालू करवा देवे। अधिकारी का कहना है कि यह मामला आला अफसर के ध्यान में लिया गया और जल्द ही उत्थे नवे ट्रांसफार्मर लगा दिए जाएंगे और चोरों से कार्रवाई भी की जाएगी। हकीकी टीवी पंजाबी लई खन्ना तो रविंदर सिंह ढिल्लों की रिपोर्ट।